साडे पिंड दी जिन्नी भी नौजवान पीढ़ी बजुर्ग साहिबान ते नाल जिन्ने भी बच्चा पार्टी सारे अज दे इस खेड मेले दा आनंद माणन दे लई पहुंचे सुरेंद्र धामी साहब वड्डा कप कराया वड्डे प्रबंध ने अज दे खेड मेले दी ट्राफियां तुसीं देख सकदे हो साडे बजुर्ग साहिबान क्या बात है इस खेड मेले नूं जिहड़ा कदी वी लाइव दिखा रहे हां बहुत बहुत धन्नवाद है अमन धामी न्यूजीलैंड धामी साहब सारे ही भरा बहुत वधिया प्रबंध जिन्हां वालों किए गए आ सो वधिया कप करवाया इस इलाके च पूरे टॉप के प्रबंध ने तुसी देख सकते हो दुनिया आनंद मार रही है चार चफेरे बैठी बड़ा वड्डा धन्नवाद कीते जांदा धामी ਬਾਦਰ ਕੁਲਫੀ ਵਾਲੇ ਸਿੱਖ ਸਰਦਾਰ ਵੀ ਉਹਦਾ ਵੀ ਧੰਨਵਾਦ ਜੀ ਕੁਲਫੀ ਦੀ ਧਰਤੀ ਵੀ ਹੋ ਗਿਆ ਜੱਗਾ ਆਲਮੀ ਕੁਲਫੀ ਵਾਲਾ ਭਰਾ ਆਸਟ੍ਰੇਲੀਆ ਤੇ ਕੈਨੇਡਾ ਦੇ ਮੈਦਾਨਾਂ ਦੇ ਵਿੱਚ ਖੇਡ ਕੇ ਜਿਹੜੀ ਟੀਮ ਆ ਦਿੱਤੀ ਬਣੀ ਹੈ ਸੁਦੀਪ ਦੁਨੀਆ ਦਾ ਮਹਾਨ ਖਿਡਾਰੀ ਜੱਗਾ ਆਲਮੀ ਕੁਲਫੀ ਵਾਲਾ ਬੜਾ ਪਿਆਰ ਹੈ ਪਰ ਜੱਗੇ ਨੂੰ ਛੇਤੀ ਵਾਰੀ ਮਿਲੀ ਦਾ ਜੱਗਾ ਕਹਿੰਦਾ ਕਿ ਮੈਂ ਸਾਡਾ ਭਰਾ ਅੱਜ ਦੇ ਟੂਰਨਾਮੈਂਟ ਤੇ ਆਇਆ ਕ੍ਰਿਕਟ ਕੱਪ ਨੂੰ ਸਪੋਰਟ ਕਰਨ ਦੇ ਲਈ ਰਾਜਿਆ ਜੋ ਸੁਦੀਪ ਕੁਲਫੀ ਵੀ ਕਰ ਗਿਆ ਜੱਗਿਆ ਕੋਈ ਕਰ ਨਹੀਂ ਸਕਦਾ ਉਸ ਪਰਿਵਾਰ ਨੂੰ ਆਪਾਂ ਜੱਗਾ ਮਾਰ ਦਾ ਬਾਅਦ ਜੋ ਜੋੜੀ ਆ ਗਈ ਹੋਈ लाओ जी अज दे शाह जी भी पहुंचे ने हो शाह जी नजारे आ जय हिंद इधरले पासे तुसीं देख सकदे हो पड्डा साहब सो साडे भरा अंकुश साहब का पिंड बाई जी ने ना कपूरथला दुनिया के महान खिडारी होर अंकुश भीरे ठीक हो बस वधिया बाई जी नजारे अज किहड़े क्लब वालों बीबीएन क्लब भाई फतेहपुर हाँ जी अच्छा जित गए ना एक मैच पहला जित गए ठीक है सैमी कहंदा ने कौन है स्पोंसर उस क्लब का शानू फतेहपुर वो भरा करता है ना हां जी स्पोंसर शाह ਤੁਹਾਡਾ ਸ਼ਾਹ ਹਾਂ ਸ਼ਾਹ ਆ ਵਾ ਸ਼ਾਹ ਇਹ ਨਾਗ ਦਾ ਸਪੌਂਸਰ ਹੈ ਯੈਸ ਨਾਗ ਕੀ ਸਪੌਂਸਰ ਕਰਦਾ ਬਾਈ ਸ਼ਾਹ ਕੁਛ ਤਾਂ ਬੋਲ ਯਾਰ ਦੱਸਣਗੇ ਤੁਹਾਨੂੰ ਹੈ ਕਪੂਰਥਲਾ ਜੀ ਆ ਸਾਈਡ ਦੇ ਦਿਓ ਭਾਜੀ ਉਹ ਕਹਿੰਦੇ ਨਾ ਕਪੂਰਥਲਾ ਹੀ ਦੱਸਣਗੇ ਸ਼ਾਹ ਵਾ ਸ਼ਾਹ ਓਕੇ ਆ ਹੈ ਸ਼ਾਹ ਕਦੋਂ ਹੁਣ ਜਿੰਨੇ ਵੀ ਮੇਲੇ ਚੱਲਣੇ ਆ ਐ ਪੱਡਾ ਸਾਹਿਬ ਜਿੰਨੇ ਵੀ ਮੇਲੇ ਚੱਲਣੇ ਆ ਸਾਹਿਬ ਨਾਲ ਹੀ ਆ ਸ਼ਾਹ ਨਾਲ ਹੀ ਹੁਣ ਬਾਕੀ ਸਨੀ ਭਾਈ ਦੱਸੂਗੇ ਸਨੀ ਭਾਈ ਕਿੱਥੇ ਆ ਹੋਰ ਬਾਈ ਵਧੀਆ ਬਾਈ ਜੀ ਕੀ ਕਹਿੰਦਾ ਸ਼ਾਹ ਫਿਰ ਸ਼ਾਹ ਬਾਈ ਦੇਖੋ ਐਨਕਾਂ ਲਵਾ ਕੇ ਦੇਖੋ ਪਹਿਲਾਂ ਕਿ ਪ੍ਰਸ਼ਨ ਨਹੀਂ ਹੋਇਆ ਖਾਣਾ ਜੈਟ ਬਲੈਕ ਹੀ ਲਾਉਂਦੇ ਨਹੀਂ ਨਹੀਂ ਓਕੇ ਸ਼ਾਹ ਜੀ ਨੇ ਇਹ ਸਾਡੇ ਭਰਾ ਹਾਸਾ ਮਜ਼ਾਕ ਕਰਦੇ ਇੱਕ ਦੂਜੇ ਨਾਲ ਸੋ ਹੋਰ ਨਾਗ ਵੀਰ ਅੱਜ ਯੂਐਸਏ ਟੱਪਰੀਆਂ ਯੈਸ ਯੂਐਸਏ ਟੱਪਰੀਆਂ ਕਲੱਬ ਦੀ ਟੀਮ ਦਾ ਸ਼ਿੰਗਾਰ ਮੰਨ ਰਿਹਾ ਸੋ ਹੁਣ ਰੈਗੂਲਰ ਖੇਡ ਰਹੇ ਪੰਜਾਬ ਚ ਕਿ ਕਲਕੱਤਾ ਕਲਕੱਤੇ ਤਾਂ ਨਹੀਂ ਜਾਣਾ ਅਗਲੇ ਸਾਲ ਹੀ ਜਾਵਾਂਗੇ ਠੀਕ ਹੈ ਠੀਕ ਹੈ ਤੇ ਹੁਣ ਬੈਟ ਇਹ ਕਿਹੜਾ ਇਹ ਅੰਕੁਸ਼ ਦਾ ਹੈ ਠੀਕ ਹੈ ਸੋ ਇਧਰਲੇ ਪਾਸੇ ਦੇਖ ਸਕਦੇ ਹੋ ਗਰਾਊਂਡ ਦਾ ਦ੍ਰਿਸ਼ ਦੇਖੋ ਕਿੰਨਾ ਵਧੀਆ ਐਨ ਫੁੱਲ ਨਹੀਂ ਆ ਰਿਹਾ ਜੀ ਫੁੱਲ ਇੱਕ ਨੰਬਰ ਪੂਰਾ ਤਗੜਾ ਮਾਹੌਲ ਹੈ ਜੀ ਇੱਧਰ ਪਹਾੜ ਨੇ ਬਹੁਤ ਵਧੀਆ ਮੈਚ ਦੇਖਣ ਨੂੰ ਮਿਲ ਰਿਹਾ ਸੋ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਿੰਨੇ ਦਰਸ਼ਕ ਵੀਰ ਪਹੁੰਚੇ ਆ ਜੀ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦੇ ਆ ਲੋਕ ਪਿਆਰ ਕਰਦੇ ਨੇ ਕ੍ਰਿਕਟ ਨੂੰ ਸਾਰੇ ਪਲੇਅਰ ਆਏ ਨੇ ਤੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਆ ਲੋਕਾਂ ਕਰਕੇ ਟੂਰਨਾਮੈਂਟ ਸਫਲ ਹੁੰਦਾ ਭਾਜੀ ਅਸੀਂ ਇਕੱਲਿਆਂ ਦਾ ਟੂਰਨਾਮੈਂਟ ਹੈ ਨਹੀਂ ਸਾਰੇ ਭਰਾਵਾਂ ਦਾ ਆਪਣਾ ਟੂਰਨਾਮੈਂਟ ਆ ਭਾਜੀ ਆਲ ਓਪਨ ਕੱਪ ਪਹਿਲੀ ਵਾਰ ਕਰਾਇਆ ਭਾਜੀ ਪਹਿਲੀ ਵਾਰ ਕਰਾਇਆ ਜੀ ਆਲ ਓਪਨ ਤੇ ਕਿਵੇਂ ਦਾ ਐਕਸਪੀਰੀਅੰਸ ਰਿਹਾ ਭਾਜੀ ਐਕਸਪੀਰੀਅੰਸ ਬੈਠ ਰਿਹਾ ਪਹਿਲਾਂ ਟੀਮਾਂ ਨੇ ਨਾ ਕੀਤੀ ਕੱਲ ਹਾਂ ਕਦੇ ਟੀਮਾਂ ਖੜੀਆਂ ਕੀਤੀਆਂ ਪਰ ਜਿਹੜੇ ਪਲੇਅਰ ਭਰਾ ਜਵਾਨ ਕਰਕੇ ਆਏ ਆ ਬਹੁਤ ਸਾਰਾ ਪਿਆਰ ਆ ਜੀ ਉਹਨਾਂ ਨੂੰ ਤੁਸੀਂ ਵੀ ਇਹ ਜਵਾਨ ਕਰਕੇ ਭਾਈ ਤੁਹਾਡਾ ਬਹੁਤ ਸਾਰਾ ਨਹੀਂ ਨਹੀਂ ਆਪਾਂ ਹਾਂ
ਗੱਲਾਂ ਕਰਤੀ ਜਿੱਤੇ ਕਰਤੀ ਹਾਂ ਧਾਮੀ ਸਾਹਿਬ ਦਾ ਧੰਨਵਾਦ ਆ ਬਹੁਤ ਚੰਗਾ ਕੱਪ ਕਰਾਇਆ ਸਾਰੇ ਐਨ ਆਰ ਆਈ ਵੀਰਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਸਪੋਰਟ ਕਰ ਰਹੇ ਆ ਐਨ ਆਰ ਆਈ ਵੀਰਾਂ ਦੇ ਸਿਰ ਤੇ ਟੂਰਨਾਮੈਂਟ ਹੋਇਆ ਜੀ ਅਜੀ ਦਾ ਸਿਰ ਵੀ ਤੇ ਕਰਤਾ ਧਰਤਾ ਆਇਆ ਉਹਨਾਂ ਸਿਰ ਤੇ ਹੀ ਸਾਰਾ ਕੁਝ ਹੁੰਦਾ ਜੀ ਬਿਲਕੁਲ ਬਿਲਕੁਲ ਉਹ ਜਿੰਨਾ ਟਾਈਮ ਉਹ ਅਜੀ ਸਾਨੂੰ ਕਹੇ ਜੀ ਦੀ ਪਰਵਾਹ ਨਹੀਂ ਹੈਗੀ ਜਿੰਨੇ ਭਰਾ ਨਾਲ ਖੜੇ ਆ ਵੱਡੇ ਛੋਟੇ ਉਹਨਾਂ ਸਿਰ ਤੇ ਅਜੀ ਅਸੀਂ ਇੱਥੇ ਬਿਲਕੁਲ ਬਿਲਕੁਲ ਇਹ ਆ ਜੀ ਧਾਮੀ ਸਾਹਿਬ ਸੋ ਬਹੁਤ ਵਧੀਆ ਕੱਪ ਕਰਾਇਆ ਭਰਾਵਾਂ ਨੇ ਅਰਮਾਨ ਟੱਪਰ ਵੀ ਪਹੁੰਚਿਆ ਸਾਰੇ ਭਰਾ ਪਹੁੰਚੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਸਾਡੇ ਵੀਰ ਆਨੰਦ ਮਾਣ ਰਹੇ ਆ ਅੱਜ ਦੇ ਖੇਡ ਮੇਲੇ ਦਾ ਲਓ ਜੀ ਸਾਡੇ ਕਮੇਟੀ ਇਧਰਲੇ ਪਾਸੇ ਮੈਂ ਤੁਹਾਨੂੰ ਦਿਖਾਵਾਂ ਸਾਰੇ ਕਮੇਟੀ ਪ੍ਰਬੰਧਕ ਆ ਐਨ ਆਰ ਆਈ ਵੀਰ ਖੜੇ ਆ ਸਾਡੇ ਦਰਮਿਆਨ ਜਿਨ੍ਹਾਂ ਨੇ ਲੱਖਾਂ ਰੁਪਇਆ ਲਾਇਆ ਸੋ ਬਹੁਤ ਵਧੀਆ ਕੱਪ ਕਰਵਾਇਆ ਤੁਸੀਂ ਦੇਖ ਸਕਦੇ ਹੋ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਸੋ ਯਾਦਗਾਰੀਆਂ ਤਸਵੀਰਾਂ ਜਿਹੜੀਆਂ ਹੋ ਰਹੀਆਂ ਸੋ ਇਧਰਲੇ ਪਾਸੇ ਮੇਨ ਸਪੋਂਸਰ ਇਸੇ ਟੂਰਨਾਮੈਂਟ ਦੇ ਜਿਨ੍ਹਾਂ ਵੱਲੋਂ ਬਹੁਤ ਵਧੀਆ ਉਪਰਾਲੇ ਕੀਤੇ ਗਏ ਆ ਸੋ ਸਾਡੇ ਦਰਮਿਆਨ ਅਮਨ ਧਾਮੀ ਨਿਊਜ਼ੀਲੈਂਡ ਵਾਲੇ ਹੋਰ ਭਾਜੀ ਕਿਵੇਂ ਠੀਕ ਹੋ ਜੀ ਕਿਵੇਂ ਲੱਗ ਰਿਹਾ ਅੱਜ ਕ੍ਰਿਕਟ ਦਾ ਖੇਡ ਮੇਲਾ ਬਿਲਕੁਲ ਬਿਲਕੁਲ ਹੁਣ ਹਰ ਸਾਲ ਆਇਆ ਕਰੋਗੇ ਨਿਊਜ਼ੀਲੈਂਡ ਤੋਂ ਇਹ ਗੱਲ ਪੱਕੀ ਆ ਜੀ ਅਮਨ ਧਾਮੀ ਨਿਊਜ਼ੀਲੈਂਡ ਔਰ ਸਾਰੇ ਨਾਲ ਦੇ ਸਹਿਯੋਗੀ ਸੱਜਣ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਬੜਾ ਵਧੀਆ ਕੱਪ ਕਰਾਇਆ ਬਾਈਆਂ ਨੇ ਕੋਈ ਕਮੀ ਪੇਸ਼ੀ ਨਹੀਂ ਤੇ ਪੂਰੇ ਪ੍ਰਬੰਧ ਵਧੀਆ ਨੇ ਲਓ ਜੀ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਡੀਸੀ ਕਲੱਬ ਜਿਹੜਾ ਇਸ ਸਮੇਂ ਖਿਡਾਰੀ ਤੁਸੀਂ ਦੇਖ ਸਕਦੇ ਹੋ ਤਿਆਰ ਬਰ ਤਿਆਰ ਆ ਦੂਜਾ ਸੈਮੀ ਫਾਈਨਲ ਮੁਕਾਬਲਾ ਖੇਡਿਆ ਜਾ ਰਿਹਾ ਪਹਿਲਾ ਸੈਮੀ ਫਾਈਨਲ ਭਾਜੀ ਕਿਵੇਂ ਹੋ ਜੀ ਕੀ ਰਣਨੀਤੀ ਲੈ ਕੇ ਆਏ ਹੋ ਅੱਛਾ ਤੇ ਕਿਹੜੇ ਕਿਹੜੇ ਪਲੇਅਰ ਤੁਹਾਡੇ ਖੇਡ ਰਹੇ ਆ ਦੱਸੋ ਮਾੜਾ ਜਿਹਾ ਕੌਣ ਕਰਮਵੀਰ ਭਾਜੀ ਗੜਦੀਵਾਲ ਦੇ ਲੈਦਰ ਦੇ ਪਲੇਅਰ ਅੱਛਾ ਲੈਦਰ ਦੇ ਪਲੇਅਰ ਹਾਂ ਜੀ ਇਹ ਮਕੇਰੀਆਂ ਤੋਂ ਲੱਕੀ ਮਨਾਸ ਐ ਸਭ ਕਹਿੰਦੇ ਆਪਾਂ ਠੀਕ ਹੈ ਠੀਕ ਹੈ ਸਾਬੀ ਹਾਜੀਪੁਰ ਤੋਂ ਸਾਬੀ ਹਾਜੀਪੁਰ ਰੋਹਿਤ ਲਵਾਣਾ ਰੋਹਿਤ ਲਵਾਣਾ ਜੀ ਵਧੀਆ ਪਲੇਅਰ ਠੀਕ ਹੈ ਬਹੁਤ ਬਹੁਤ ਧੰਨਵਾਦ ਆ ਭਾਜੀ ਉਹਨਾਂ ਦਾ ਕ੍ਰਿਕਟ ਲੈਦਰ ਤੇ ਹੈਂਡੀਕੈਪ ਟੀਮ ਵੱਲੋਂ ਵੀ ਖੇਡੇ ਨੇ ਤੇ ਉਸ ਤੋਂ ਬਾਅਦ ਕਲੱਬ ਵੀ ਬਣਾਇਆ ਤੇ ਸਪੋਂਸਰ ਵੀ ਕਰ ਰਹੇ ਆ ਸਾਡੇ ਦਰਮਿਆਨ ਦਿੱਲੀ ਵਾਲੇ ਪਲੇਅਰ ਵੀ ਹੈਗੇ ਆ ਤੁਸੀਂ ਦੇਖ ਸਕਦੇ ਹੋ ਭਾਜੀ ਕੈਸੇ ਹੋ ਵਧੀਆ ਜੀ ਵਧੀਆ ਵਧੀਆ ਕਿਵੇਂ ਲੱਗ ਰਿਹਾ ਪੰਜਾਬ ਜਾ ਕੇ ਖੇਡ ਕੇ ਵਧੀਆ ਲੱਗ ਰਿਹਾ ਸੋ ਜੋ ਕਮੈਂਟਰੀ ਕਰਦਾ ਉਹ ਇੱਕ ਨੰਬਰ ਹੈ ਠੀਕ ਹੈ ਠੀਕ ਹੈ ਇਹ ਯਹਾਂ ਰੁਕਨੇ ਨਹੀਂ ਦੇਤੇ ਹੈ ਹਾਂ ਮਜ਼ਾ ਆ ਰਹਾ ਹੈ ਪੂਰਾ ਖੇਲ ਕੇ ਬਹੁਤ ਤਕੜਾ ਮੈਚ ਆ ਜੀ ਇਹ ਵਾਲਾ ਅੱਛਾ ਖੇਲੋਗੇ ਬਸ ਠੀਕ ਹੈ ਦਿੱਲੀ ਵਾਲੇ ਭਰਾ ਵੀ ਆਏ ਆ ਸੋ ਧੰਨਵਾਦ ਇਹਨਾਂ ਵੀਰਾਂ ਲਾਓ ਜੀ ਫੀਲਡਿੰਗ ਓਕੇ ਲਓ ਜੀ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਬੀਬੀਐਨ ਬਾਬਾ ਬੀਬੀਐਨ ਦੀ ਫੁੱਲ ਫਾਰਮ ਦੱਸੋ ਬਾਬਾ ਬੰਦਗੀ ਨਾਥ ਕਲੱਬ ਸੋ ਬਾਬਾ ਬੰਦਗੀ ਨਾਥ ਕਲੱਬ ਫਤਿਹਪੁਰ ਦੀ ਟੀਮ ਦੇ ਖਿਡਾਰੀ ਤੁਸੀਂ ਦੇਖ ਸਕਦੇ ਹੋ ਸੋ ਪਹਿਲਾਂ ਸੈਮੀ ਖੇਡਿਆ ਜਾ ਰਿਹਾ ਡੀਸੀ ਕਲੱਬ ਨਾਲ ਹੋਰ ਭਾਜੀ ਠੀਕ ਹੋ ਕਿਵੇਂ ਲੱਗ ਰਿਹਾ ਅੱਜ ਦੇ ਖੇਡ ਮੇਲੇ ਨੂੰ ਵਧੀਆ ਕੋਈ ਕਮੀ ਪੇਸ਼ੀ ਹੋਵੇ ਪੂਰੇ ਸਹੀ ਆ ਮੈਚ ਕਾਫੀ ਤਗੜਾ ਤੁਹਾਡਾ ਡੀਸੀ ਕਲੱਬ ਨਾਲ ਕੀ ਰਣਨੀਤੀ ਲੈ ਕੇ ਖੇਡੋਗੇ ਕਿੰਨੇ ਸਕੋਰ ਬਣਾਉਣੇ ਆ 110 ਤੇ ਭਾਜੀ ਮੈਂ ਇਹ ਪੁੱਛਣਾ ਚਾਹੁੰਦਾ ਵੀ ਤੁਹਾਡੀ ਟੀਮ ਚ ਕਿਹੜੇ ਕਿਹੜੇ ਪਲੇਅਰ ਖੇਡ ਰਹੇ ਆ ਭਾਜੀ ਸਾਡੇ ਮੁੰਡੇ ਲੋਕਲ ਹੀ ਆ ਠੀਕ ਆ ਨਾਮ ਦੱਸੋ ਉਹਨਾਂ ਦੇ ਰੈਂਚੋ ਜਲੰਧਰ ਹਾਂ ਦੀਨਾਨਗਰ ਅੱਛਾ ਪਠਾਨਕੋਟ ਅੱਛਾ ਜੀ ਸਾਹਿਬ ਦਾ ਪਿੰਡ ਗੋਪੀ ਤਲਵਾੜਾ ਫਿਰ ਆਪਣਾ ਮੁੰਡਾ ਅਰਜਨ ਪਠਾਨਕੋਟ ਅੱਛਾ ਰਾਣੀ ਅੰਮ੍ਰਿਤਸਰ ਮੈਂ ਅੰਕੂ ਸ਼ਾਦੀਪੁਰ ਹਾਂ ਸਾਰੇ ਲੋਕਲ ਹੀ ਆ ਮਤਲਬ ਇੰਨੇ ਜ਼ਿਆਦਾ ਨਾਮੀ ਪਲੇਅਰ ਨਹੀਂ ਹੈਗੇ ਬਿਲਕੁਲ ਬਿਲਕੁਲ ਨਹੀਂ ਵਧੀਆ ਗੱਲ ਆ ਲੋਕਲ ਮੁੰਡਿਆਂ ਨੂੰ ਤੁਸੀਂ ਮੌਕਾ ਦੇ ਰਹੇ ਹੋ ਤੇ ਸਾਰਾ ਕਲੱਬ ਵੀ ਤੁਹਾਡਾ ਵਧੀਆ ਸਾਰਿਆਂ ਦੇ ਨਾਲ ਤਾਲਮੇਲ ਪੂਰਾ ਵਧੀਆ ਬਣਿਆ ਹੋਇਆ ਸੋ ਪਿਛਲੇ ਮੈਚ ਦੇ ਵਿੱਚ ਤੁਸੀਂ ਬਹੁਤ ਜ਼ਿਆਦਾ ਛਿੱਕੇ ਮਾਰੇ ਆ ਮੈਂ ਦੇਖਿਆ ਵੀ ਸ਼ਾਦੀਪੁਰ ਵਾਲੇ ਭਰਾ ਨੇ ਅੰਕੁਸ਼ ਨੇ ਬਹੁਤ ਹੱਤ ਕਰਾਈ ਆ ਤੇ ਹੁਣ ਵਾਲੇ ਮੈਚ ਕੀ ਮਾਹੌਲ ਆ ਰੋਕ ਕੇ ਖੇਡੋਗੇ ਕਿ ਮਾਰ ਕੇ ਖੇਡੋਗੇ ਨਹੀਂ ਜਿੱਦਾਂ ਗੇਮ ਹੈਗੀ ਬਈ ਉਦਾਂ ਹੀ ਖੇਡਣਾ ਭਾਵੇਂ 0 ਤੇ ਉੱਡ ਜੀਏ ਤੇ ਭਾਵੇਂ 10ਾਂ ਤੇ ਉੱਡ ਜੀਏ ਠੀਕ ਹੈ ਠੀਕ ਹੈ ਠੀਕ ਹੈ ਆਪਣੀ ਗੇਮ ਖੇਡਣੀ ਹੈ ਬਿਲਕੁਲ ਬਿਲਕੁਲ ਤੇ ਬਾਕੀ ਟੀਮ ਦੇ ਵਿੱਚ ਹੋਰ ਕਿਹੜੇ ਕਿਹੜੇ ਪਲੇਅਰਾਂ ਤੋਂ ਆਸ ਆ ਜ਼ਿਆਦਾ ਵੀ ਸਾਥ ਦੇਣਗੇ ਆਸ ਠੀਕ ਆ ਮੁੰਡੇ ਸਾਰੇ ਠੀਕ ਆ ਸਾਰੇ ਰੈਗੂਲਰ ਖੇਡ ਰਹੇ ਆ ਜਿਹੜਾ ਖੜ ਗਿਆ ਉਹਨੇ ਇਕੱਲੇ ਨੇ ਲੈ ਜਾਣਾ ਮੈਚ ਇਹ ਵੀ ਗੱਲ ਸਹੀ ਆ
ਪੂਰੇ ਨਜ਼ਾਰੇ ਆ ਹਾਂਜੀ ਭਾਈ ਓਕੇ ਰਿਪੋਰਟ ਆ ਠੀਕ ਆ ਆਲ ਦਾ ਬੈਸਟ ਆ ਵੀਰੇ ਤੇ ਨਜ਼ਾਰੇ ਲਓ ਮਿਲ ਕੇ ਬਹੁਤ ਵਧੀਆ ਲੱਗਿਆ ਬਸ ਆਪਣੇ ਭਰਾ ਨੇ ਸੋ ਬਹੁਤ ਤਕੜਾ ਖੇਡਦੇ ਆ ਬਾਈ ਬਾਬਾ ਬੰਦਕੀਨਾਥ ਸਪੋਰਟਸ ਕਲੱਬ ਸਾਰੇ ਕਲੱਬ ਜਿਹੜੇ ਉਸ ਕਲੱਬ ਦੇ ਲੋਕਲ ਖਿਡਾਰੀ ਵੀਰ ਨੇ ਦੱਸਿਆ ਵੀ ਲੋਕਲ ਖਿਡਾਰੀ ਅਸੀਂ ਜ਼ਿਆਦਾ ਖਿਡਾ ਰਹੇ ਸੋ ਬਹੁਤ ਵਧੀਆ ਗੱਲ ਆ ਇੱਧਰਲੇ ਪਾਸੇ ਦੇਖ ਸਕਦੇ ਹੋ ਤੁਸੀਂ ਸਾਡੇ ਦਰਸ਼ਕ ਵੀਰ ਅੱਜ ਦੇ ਖੇਡ ਮੇਲੇ ਦਾ ਆਨੰਦ ਮਾਣ ਰਹੇ ਆ ਸੋ ਇਹ ਵੀ ਭਰਾ ਬੈਠਿਆ ਕਰੋ ਦੇ ਵੀ ਮੈਚਾਂ ਦਾ ਸਵਾਦ ਵਜਿਆ ਹੋਇਆ ਅੱਜ ਦੇ ਖੇਡ ਮੇਲੇ ਉੱਪਰ ਪੂਰਾ ਸਵਾਦ ਆ ਜੀ ਰਾਏ ਚੱਕ ਆਲ ਓਪਨ ਕ੍ਰਿਕਟ ਕੱਪ ਲਓ ਜੀ ਇੱਧਰਲੇ ਪਾਸੇ ਸਾਈ ਕਲੱਬ ਦੀ ਟੀਮ ਦੇ ਖਿਡਾਰੀ ਤੁਸੀਂ ਦੇਖ ਸਕਦੇ ਹੋ ਸੁਰਿੰਦਰ ਜੰਮੂ ਰਜਤ ਖਲਵਾਣਾ ਸਾਡਾ ਭਰਾ ਹੋਰ ਵੀਰੇ ਕਿਵੇਂ ਹੋ ਬਹੁਤ ਵਧੀਆ ਭਾਈ ਕਿਹੜੇ ਕਿਹੜੇ ਪਲੇਅਰ ਆ ਰਹੇ ਅੱਜ ਤੁਹਾਡੇ ਕਲੱਬ 'ਚ ਆਪਣੇ ਸਰ ਹੁਸ਼ਿਆਰਪੁਰ ਦੀ ਦੀਪੂ ਭਾਜੀ ਸੁੱਖਾ ਮੈਮੋਰੀਅਲ ਰਜਤ ਖਲਵਾਣਾ ਹਾਂ ਅੱਛੀ ਹੁਣੇ ਮੋਟਰਸਾਈਕਲ ਜਿੱਤਿਆ ਨਾਲ ਨੇ ਅੱਛਾ ਗੁਰੀ ਕੱਕੋਂ ਵਾਲਾ ਇਹੀ ਆਪਣੀ ਸੋ ਮੈਚ ਕਾਫੀ ਤਕੜਾ ਤੁਹਾਡਾ ਯੂਐਸਏ ਯੂਐਸਏ ਟੱਪਰੀਆਂ ਦੇ ਨਾਲ ਹਾਂ ਮੈਚ ਪੈ ਗਿਆ ਤੁਹਾਡਾ ਤੇ ਕਿਸ ਤਰ੍ਹਾਂ ਦੀ ਰਣਨੀਤੀ ਲੈ ਕੇ ਆਓਗੇ ਰਣਨੀਤੀ ਇਹੀ ਆ ਜੋ ਉਹਨਾਂ ਨੇ ਗਲਤੀ ਕੀਤੀ ਉਹ ਨਹੀਂ ਕਰਨੀਆਂ ਸੋਚ ਸਮਝੇ ਬੋਲਰ ਲਾਣੇ ਆ ਜਿਹੜੇ ਜਿੱਦਾਂ ਸੁੱਕੀ ਹੋਈ ਸਲੋਰ ਵਗੈਰਾ ਤੇ ਜ਼ਿਆਦਾ ਫਸਦੇ ਆ ਉਸ ਹਿਸਾਬ ਨਾਲ ਬੋਲਰ ਲਾਣੇ ਜਿਹੜਾ ਵੇਰੀਏਸ਼ਨ ਜਾਣਦੇ ਹੋਣ ਚੰਗੇ ਹਾਂ ਤੇ ਜ਼ਿਆਦਾ ਕਿਹੜੇ ਪਲੇਅਰ ਤੇ ਨਿਗਾਹ ਰਹੂਗੀ ਵੀ ਕਿਹੜੇ ਖਿਡਾਰੀ ਨੂੰ ਆਪਾਂ ਆਊਟ ਕਰਨਾ ਉਧਰੋਂ ਸੁੱਕੀ ਤੇ ਨਾਗ ਸੁੱਕੀ ਦੇ ਨਾਗ ਕਪੂਰਥਲਾ ਆਊਟ ਕਰਨੇ ਆ ਉਸ ਤੋਂ ਬਾਅਦ ਸੌਖਾ ਪਤਾ ਸੁੱਕੀ ਚੱਲਿਆ ਭੈੜਾ ਉਸ ਤੋਂ ਬਾਅਦ ਮੱਥਾ ਜੂੜੀ ਬੌਂਗੋ ਮੱਥੇ ਨਾਲ ਸਕੀਮ ਪਾਈਓ ਆਪਾਂ ਮੱਤੇ ਨੂੰ ਕਿਹਾ ਹੋਇਆ ਵੀ ਰਹਿਮ ਕਰੀਆ ਸੋ ਇੱਧਰਲੇ ਪਾਸੇ ਭਰਾ ਸਾਡਾ ਰਜਤ ਖਲਵਾਣੇ ਵਾਲਾ ਸ਼ੇਰੂ ਢਾਹਾਂ ਵਾਲਾ ਸੋਰ ਕਿਵੇਂ ਸ਼ੇਰੂ ਨਜ਼ਾਰੇ ਆ ਮੈਚ ਕਾਫੀ ਤਕੜਾ ਕਾਇਮ ਹੋ ਜਾ ਲਾਟਾ ਦੀਨਾ ਨਗਰ ਸਟੇਨ ਕਿੱਥੇ ਆ ਸਟੇਨ ਦੂਜੀ ਟੀਮ ਚ ਹੈ ਇੱਧਰ ਲਾਟਾ ਦੀਨਾ ਨਗਰ ਵਾਲਾ ਭਰਾ ਸਾਡਾ ਅੱਛੀ ਨਾਗ ਮੋਟਰਸਾਈਕਲ ਆਇਆ ਤੇ ਅੱਛੀ ਨਾਗ ਨੇ ਨਾਲ ਨਾਲ ਕ੍ਰਿਕਟ ਵੀ ਖੇਡਦਾ ਅੱਛੀ ਨਾਗ ਨਾਲ ਸਾਰਾ ਕਾਰੋਬਾਰ ਭਾਜੀ ਦਾ ਹੀ ਆ ਸੋ ਇੱਧਰਲੇ ਪਾਸੇ ਭਰਾ ਤੁਸੀਂ ਦੇਖ ਸਕਦੇ ਹੋ ਸੁਰਿੰਦਰ ਭਾਈ ਕਾਇਮ ਹੋ ਵਧੀਆ ਵਧੀਆ ਭਾਈ ਸਾਹਿਬ ਅੱਛੀ ਨਾਗ ਫਿਰ ਪੈਸੇ ਲਈ ਜਾਂਦਾ ਕਿ ਛੱਡ ਰਿਹਾ ਇਹ ਲਈ ਜਾਂਦਾ ਨਹੀਂ ਸਾਨੂੰ ਫ੍ਰੀ ਦਿੱਤੇ ਭਾਈ ਇੱਕ ਪਲੇਅਰਾਂ ਲਈ ਫ੍ਰੀ ਆ ਪਲੇਅਰਾਂ ਲਈ ਫ੍ਰੀ ਕਾਰਡ ਖਾਣੀ ਆ ਬਣਾ ਦੋ ਭਾਜੀ 5 ਦਿਨ ਪਹਿਲਾਂ ਹਾਂ 5 ਦਿਨ ਪਹਿਲਾਂ ਇੱਥੇ ਹੀ ਕੁਲਾਰਾ ਹਾਂ ਕੁਲਾਰਾ ਦੇ ਖੇਡ ਮੇਲੇ ਦਾ ਮੋਟਰਸਾਈਕਲ ਦਾ ਜੇਤੂ ਲੈ ਵੀ ਅੱਛੀ ਕਰਮਾ ਮੋਟਰਸਾਈਕਲ ਤੇਰਾ ਭਾਈ ਇਹ ਤਾਂ ਪਹਿਲਾਂ ਹੀ ਆ ਪਹਿਲਾਂ ਹੀ ਆ ਕਿੰਨੀ ਖੁਸ਼ੀ ਹੋਈ ਜਿੱਤ ਕੇ ਬਹੁਤ ਖੁਸ਼ੀ ਹੋਈ ਭਾਈ ਕਿਉਂਕਿ ਬਹੁਤ ਮਿਹਨਤ ਕਰਦਾ ਪਿਆ ਸੀ ਮਿਹਨਤ ਸਫਲ ਹੋ ਗਈ ਭਾਈ ਬਿਲਕੁਲ ਬਿਲਕੁਲ ਪੂਰਾ ਪਿੰਡ ਵਾਲਿਆਂ ਨੇ ਖੁਸ਼ੀ ਮਨਾਈ ਹਾਂਜੀ ਹਾਂਜੀ ਪੂਰੀ ਪੂਰੀ ਭਾਜੀ ਬਿਲਕੁਲ ਰੈਗੂਲਰ ਖੇਡ ਰਹੇ ਹੁਣ ਹਾਂਜੀ ਹਾਂਜੀ ਭਾਜੀ ਠੀਕ ਹੈ ਠੀਕ ਆ ਹੋਰ ਫਿਰ ਅੱਜ ਕਾਫੀ ਤਕੜਾ ਮੈਚ ਆ ਹਾਂਜੀ ਹਾਂਜੀ ਕਿਵੇਂ ਖੇਡੋਗੇ ਕੋਈ ਨਹੀਂ ਭਾਈ ਜੋਰ ਲਾਵਾਂਗੇ ਪੂਰਾ ਪੂਰਾ ਹਾਂਜੀ ਲੈ ਸੁਰਿੰਦਰ ਕੀ ਕਹਿਣਾ ਚਾਹੇਗਾ ਬਸ ਭਾਈ ਕੇਂਦਰ ਫਿੱਟ ਨਹੀਂ ਹੈ ਫਿੱਟ ਨਹੀਂ ਫਿੱਟ ਹੋ ਜਾਣਾ ਫਿੱਟ ਹੋ ਜਾਣਾ ਇਹਨੇ ਮੈਚ ਹੋ ਜਾਣਾ ਤਕੜੇ ਮੈਚ ਤੇ ਫਿੱਟ ਹੁੰਦਾ ਹੈ ਹੋਰ ਰਜਤ ਸਪਿਨ ਪਾਏਗਾ ਕਿ ਤੇਜ਼ ਜਿਹੜੀ ਪੈ ਗਈ ਜਿਹੜੀ ਪੈ ਗਈ ਉਹੀ ਦੱਸੂ ਕਿ ਕਿਹੜੀ ਪਾਉਣੀ ਆ ਇਹ ਭਰਾ ਕੀਨੀਆ ਵੀ ਖੇਡਿਆ ਰਣਜੀਤ ਦੇ ਕੈਂਪ ਵੀ ਲਾਇਆ ਨਾ ਤੇ ਮੈਚ ਮੂਚ ਖੇਡਿਆ ਰਣਜੀਤ ਦੇ ਹਾਂਜੀ ਕੈਂਪ ਲਾਇਆ ਭਾਜੀ ਯਾਰ ਕੈਂਪ ਲਾਇਆ ਇਹ ਕਾਲੀਆਂ ਮੇਮਾਂ ਦਾ ਚੇਤਾ ਹਾਂ ਹੁਣ ਕੀਨੀਆ ਖੇਡ ਰਿਹਾ ਭਰਾ ਸਾਡਾ ਕੀਨੀਆ ਤਾਂ ਬਹੁਤ ਖੇਡਿਆ ਬਹੁਤ ਜ਼ਿਆਦਾ ਖੇਡਿਆ ਹੁਣ ਹਾਂ ਦੇ ਲਾ ਕੀ ਕਹਿੰਦਾ ਉਹ ਸੋ ਇੱਧਰ ਨਜ਼ਾਰਾ ਸੋ ਇੱਧਰ ਬਾਈ ਜੀ ਹੁਣੀ ਮਿਹਨਤ ਕਰ ਰਹੇ ਆ ਸੋ ਰੋਟੀ ਹੱਕ ਦੀ ਖਾਈਏ ਸੋ ਸਲੂਟ ਆ ਇਹਨਾਂ ਭਰਾਵਾਂ ਨੂੰ ਜਿਨ੍ਹਾਂ ਨੇ ਆਪਣੇ ਕਾਰੋਬਾਰ ਚਲਾਏ ਆ ਸੋ ਲਓ ਜੀ ਇੱਧਰਲੇ ਪਾਸੇ ਯੂਐਸਏ ਟੱਪਰੀਆਂ ਕਲੱਬ ਕਮਾਮ ਦੀ ਧਰਤੀ ਦਾ ਸੁੱਖੀ ਹੋਰ ਸੁੱਖੀ ਵੀਰੇ ਕਿਵੇਂ ਹੋ ਵਧੀਆ ਵੀਰੇ ਅੱਜ ਬਹੁਤ ਤਕੜਾ ਖੇਡੇ ਹੋ ਤੁਸੀਂ ਧੰਨਵਾਦ ਜੀ ਉਹ ਵੀ ਰਾਤ ਦੀ ਪਰਫਾਰਮੈਂਸ ਤੋਂ ਬਾਅਦ ਤੁਸੀਂ ਵਿਆਹ ਦੇਖ ਕੇ ਆਏ ਲੇਟ ਕਰ ਜਿਹੜੀ ਰਾਤ ਦੀ ਪਰਫਾਰਮੈਂਸ ਹੁੰਦੀ ਆ ਉਸ ਤੋਂ ਬਾਅਦ ਫੇ ਅਗਲੇ ਦਿਨ ਤਗੜੀ ਪਰਫਾਰਮੈਂਸ ਹੋਰ ਵਧੀਆ ਕਰੀ ਹਾਂ ਇਹ ਵੀ ਗੱਲ ਸਹੀ ਨਾ ਹੋਰ ਜੀ ਆ ਸੁੱਖੀ ਜਿਵੇਂ 6 ਓਵਰ ਕਾਫੀ ਵੱਡਾ ਟਾਰਗੇਟ ਸੀਗਾ 125 ਰਨ ਬਣਾਉਣੇ ਸੀਗੇ ਤੇ ਕੀ ਲੱਗ ਰਿਹਾ ਸੀਗਾ ਵੀ ਬਣਨਗੇ ਸਕੋਰ ਕਿ ਨਹੀਂ ਪਤਾ ਕੀ ਚੱਕਰ ਆ ਇੱਕ ਪਰ ਓਵਰ ਚ 20 ਰਨ ਦੀ ਰਨ ਰੇਟ ਆ ਕਿਉਂਕਿ ਗਰਾਊਂਡ ਛੋਟਾ ਆ ਹਾਂ ਵਿਕਟ ਪਲੇਨ ਆ ਸਾਫ ਆ ਤੇ ਪਰ ਓਵਰ 3-3 ਛੱਕੇ ਤਾਂ ਵੱਜਦੇ ਇੱਕ ਅੱਧਾ 1-2 ਰਨ ਤਾਂ ਸਿੰਗਲਾ ਡਬਲਾ ਨਾ ਹੋ ਜਾਂਦਾ ਐਕਸਟਰਾ ਆ ਜਾਂਦਾ ਆ ਬਿਲਕੁਲ ਬਿਲਕੁਲ ਤੇ ਜਾਨੀ ਕਿ ਕੰਫੀਡੈਂਸ ਸੀਗਾ ਆਪਾਂ ਨੂੰ ਪਰ ਕਾਫੀ ਵੱਡਾ ਟਾਰਗੇਟ ਸੀ ਲੋਕ ਇਹ ਉਮੀਦ ਲਾ ਰਹੇ ਸੀਗੇ ਵੀ ਸਕੋਰ ਨਹੀਂ ਬਣਨਗੇ ਲੋਕ ਇਹ ਕਹਿ ਰਹੇ ਸੀਗੇ ਵੀ 125 ਰਨ ਬਹੁਤ ਜ਼ਿਆਦਾ ਹੋ ਗਏ ਟਾਰਗੇਟ ਦੇ ਹਿਸਾਬ ਨਾਲ ਤਾਂ ਜ਼ਿਆਦਾ ਸੀਗਾ 6 ਓਵਰ ਦੇ ਵਿੱਚ ਤੋਂ ਬਾਕੀ ਲੱਕ ਵਧੀਆ ਸੀ ਹਾਂ ਬਾਕੀ ਸੁੱਕੀ ਹਾਂ ਲੋਕਾਂ ਵੱਲੋਂ ਕਿੰਨਾ ਕੁ ਪਿਆਰ ਮਿਲਿਆ ਇੱਥੇ ਪੂਰਾ ਵਧੀਆ ਪਿਆਰ ਮਿਲਿਆ ਪੂਰਾ ਨਜ਼ਾਰਾ ਆ ਰਿਹਾ ਇੱਥੇ ਕਿਹੜਾ ਨਜ਼ਾਰਾ ਫੁੱਲ ਨਜ਼ਾਰਾ ਸੋ ਇੱਧਰਲੇ ਪਾਸੇ ਦੇਖ ਸਕਦੇ ਹੋ ਤੁਸੀਂ ਸੱਜਣ ਉਹ ਸੱਜਣ ਭਾਜੀ ਕਿਵੇਂ ਹੋ ਵਧੀਆ ਜੀ ਵਧੀਆ ਇਹ ਆ ਜੀ ਸੱਜਣ ਟੱਪਰੀਆਂ ਵਾਲਾ ਮੇਨ ਸਪਾਂਸਰ ਇਸੇ ਕਲੱਬ ਦਾ ਵਧੀਆ ਵੀਰੇ
ਵਧੀਆ ਵੀਰ ਵਧੀਆ ਕਿਵੇਂ ਲੱਗ ਰਹੇ ਸੀ ਬਣਨਗੇ 125 ਸਕੋਰ ਭਾਜੀ ਪਤਾ ਸਿੱਟੋ ਜੀ ਪਹਿਲਾਂ ਹੀ ਦੱਸਿਆ ਸੀ ਬਣਨੇ ਆ ਚਾਰ ਉਹਨਾਂ ਨੇ ਬਣਨੇ ਪਿੱਚ ਬਹੁਤ ਸਪਾਟ ਇਹ ਵੀ ਗੱਲ ਸਹੀ ਆ ਸੋ ਉਧਰਲੇ ਪਾਸੇ ਲੱਡੂ ਸੈਫਾਬਾਦ ਪੀਟੀ ਸਾਜੋ ਮਾਜਰਾ ਲੱਡੂ ਭਾਜੀ ਕਿਵੇਂ ਹੋ ਵਧੀਆ ਜੀ ਵਧੀਆ ਕਿਵੇਂ ਕਿਵੇਂ ਇੱਥੇ ਬਾਲ ਪਾ ਕੇ ਕਿਵੇਂ ਲੱਗ ਰਿਹਾ ਔਖਾ ਲੱਗ ਰਿਹਾ ਕਿ ਸੌਖਾ ਪੀਟੀ ਅੱਜ ਤੂੰ ਧੱਕੇ ਚੜ ਗਿਆ ਕਾਰਨ ਕੀ ਆ ਉੱਤੇ ਪੈਰ ਨੀ ਸਹੀ ਆ ਰਿਹਾ ਸੀ ਕਿ ਔਖਾ ਕੀ ਲੱਗ ਰਿਹਾ ਸੀਗਾ ਚਾਰ ਮਹੀਨੇ ਹੋ ਗਿਆ ਸਾਨੂੰ ਬੰਗਾਲ ਚ ਹਾਂ ਸਰੀਰ ਖੜਕਿਆ ਪਿਆ ਅੱਛਾ ਬਹੁਤ ਟਾਈਮ ਬਾਅਦ ਖੇਡਿਆ ਚੱਕ ਲਿਆ ਜੂਏ ਹਿੱਟ ਪੀ ਜਾਣਾ ਅੱਛਾ ਥੋੜੀ ਬੋਡੀ ਸਟੈਪ ਹੋਈ ਪਈ ਆ ਹਾਂ ਸਵੇਰ ਦਾ 15 ਦਿਨ ਬ੍ਰੇਕ ਲਵਾਂਗਾ ਫਿਰ ਠੀਕ ਆ ਠੀਕ ਆ ਠੀਕ ਆ ਸੋ ਇਹ ਪੀਟੀ ਸਾਜੋ ਮਾਜਰਾ ਬਹੁਤ ਤਕੜਾ ਖਿਡਾਰੀ ਆ ਪਰ ਅਸੀਂ ਅੱਜ ਜਿੱਤ ਗਏ ਹਾਂ ਭੁੱਲ ਗਏ ਸਾਰਾ ਕੁਝ ਹਾਂ ਇਹ ਵੀ ਗੱਲ ਸਹੀ ਆ ਲਓ ਜੀ ਤਾਂਜ ਖੇਡਦੇ ਆ ਯੂਐਸਏ ਟੱਪਰੀ ਵਾਲੇ ਬੰਗੋ ਜੀਵਨਪੁਰੀਆ ਕੁੰਡਲੇ ਜੇ ਬਾਲ ਨੇ ਹੋਰ ਬੰਗੋ ਵੀਰੇ ਕਿਵੇਂ ਹੋ ਕੈਪਟਨ ਯੂਐਸਏ ਟੱਪਰੀਆਂ ਕਲੱਬ ਦੀ ਟੀਮ ਦਾ ਬੰਗੋ ਕਿਵੇਂ ਹੋ ਵੀਰੇ ਬਹੁਤ ਵਧੀਆ ਬਾਈ ਕੈਂਟ ਕਿਵੇਂ ਲੱਗ ਰਿਹਾ ਅੱਜ ਦਾ ਖੇਡ ਮੇਲਾ ਵਧੀਆ ਬਾਈ ਪੂਰਾ ਤੇ ਸੁੱਕੀ ਕਮਾਉਂ ਤੇ ਨਾ ਕਪੂਰਥਲੇ ਬਾਰੇ ਕੀ ਕਹਿਣਾ ਚਾਹੋਗੇ ਨਾਲ ਨੂੰ ਤਾਂ ਹੀ ਬਾਈ ਉੱਪਰ ਭੇਜਿਆ ਸੀ ਉਹ ਚੱਕ ਦੇ ਕੰਮ ਨੂੰ ਆਪਣਾ ਵਾ ਇਹ ਬੰਗੋ ਦੀ ਕਪਤਾਨੀ ਹੋ ਰਹੀ ਹੈ ਹੈ ਲੈ ਵੀ ਬੰਗੋ ਅਗਲਾ ਮੈਚ ਕਾਫੀ ਤਕੜਾ ਤੁਹਾਡਾ ਸਾਈ ਕਲੱਬ ਹੁਸ਼ਿਆਰਪੁਰ ਦੀ ਟੀਮ ਨਾਲ ਪੂਰਾ ਵਧੀਆ ਮੈਚ ਆ ਬਾਈ ਵਧੀਆ ਲੱਗੂ ਅੜਕੇ ਠੀਕ ਆ ਇੱਕ ਵਾਰੀ ਐ ਕਰ ਦੋ ਸਾਰੇ ਇੱਧਰ ਦੇਖ ਕੇ ਐ ਕਰ ਦਿਓ ਸਾਰੇ ਸੱਜਣ ਗੱਜਣ ਲੱਡੂ ਐ ਕਰ ਦਿਓ ਸਾਰੇ ਬਸ ਯੈਸ ਪੂਰੀ ਰੌਣਕ ਲੱਗੀ ਹੋਈ ਆ ਬਹੁਤ ਟੋਪ ਟੋਪ ਦੇ ਮੁਕਾਬਲੇ ਅਗਲਾ ਮੈਚ ਯੂਐਸਏ ਟੱਪਰੀਆਂ ਸਾਈ ਕਲੱਬ ਹੁਸ਼ਿਆਰਪੁਰ ਦੀ ਟੀਮ ਦਾ ਖੇਡਿਆ ਜਾਊਗਾ ਜੀ ਲਓ ਜੀ ਇੱਧਰ ਸਾਡੇ ਭਰਾ ਲਾਈਵ ਕਰਦੇ ਹੋਰ ਫੌਜੀ ਦਾ ਕਿਵੇਂ ਹੋ ਕਾਤੇ ਲਾਈ ਚੱਲਦਾ ਤੇ ਭਾਜੀ ਚਲਾ ਰਿਹਾ ਹੈ ਭਾਜੀ ਦਾ ਕੀ ਨਾਮ ਹੈ ਠੀਕ ਹੈ ਜਿੰਦਰ ਸਿੰਘ ਆਇਆ ਹੋਇਆ ਜੀ ਫੌਜੀ ਸਾਹਿਬ ਸੋ ਸੇਵਾਵਾਂ ਦੇ ਰਿਹਾ ਮਿਹਨਤ ਕਰ ਰਿਹਾ ਭਰਾ ਸਾਡੇ ਚਾਟ ਤਾਂ ਖਾਇਆ 200 ਬਣਿਆ ਸੀਗਾ ਦੇ ਜਾਂਦਾ ਭਾਜੀ ਯਾਰ ਦੇ ਕੇ ਦਿੱਤੇ ਭਾਈ ਯਾਰ ਪੈਸੇ ਮੈਂ ਦੇਂਦਾ ਸੀ ਮੈਨੂੰ ਦੇਣ ਨਹੀਂ ਦਿੱਤੇ ਉਹਨਾਂ ਨੇ ਤੁਹਾਡਾ ਪਿਆਰ ਤੁਸੀਂ ਸਾਡੇ ਲੱਕ ਜਾਂ ਤੁਹਾਡੇ ਕੋਲ ਹੀ ਪੈਸੇ ਦਵਾਵਾਂਗੇ ਯਾਰ ਦੱਸੋ ਨਹੀਂ ਉਹ ਪਹਿਲਾਂ ਕਹਿੰਦਾ ਤੂੰ ਦੇ ਦੇ ਮੈਂ ਕਿਹਾ ਗੱਡੀ ਉਹ ਤਾਂ ਉਦੋਂ ਹੀ ਕਹਿੰਦਾ ਸੀ ਮਜ਼ਾਕ ਕਰਦਾ ਸੀਗਾ ਜਾਣ ਕੇ ਕਰਦੇ ਆ ਉਹ ਬਾਈ ਕੀ ਬੋਲੀ ਜਾਂਦਾ ਫੋਨ ਕੀ ਜਾਂ ਬਾਈ ਤਾਲੀਆਂ ਮਿਹਰਬਾਨ ਜੀ ਹਿੱਤਾ ਇਹ ਕੀਨੀਆਂ ਜਾ ਕੇ ਆਇਆ ਕਪਲ ਧੂਰੀ ਤੋਂ ਕਹੋਂ ਦੇਖੀ ਹੋਰ ਤਾਮੀ ਸਾਹਿਬ ਨਜ਼ਾਰੇ ਆ ਅਗਲਾ ਮੈਚ ਫੇਰ ਤਕੜਾ ਹੋਣਾ ਹੋ ਜਾਓ ਪਿੰਡ ਆ ਵੀ ਵਧੀਆ ਮੈਚ ਲੱਗਿਆ ਨਾ ਗੇਲ ਨੇ ਮਾਰਤਾ ਜੀ ਨਹੀਂ ਗੇਲ ਫੜ ਹੋ ਗਿਆ ਜੀ ਲਓ ਜੀ ਮੈਚ ਸਟਾਰਟ ਹੋਣ ਲੱਗਿਆ ਸ਼ਾਹ ਲੁਧਿਆਣਾ ਵੀ ਦੇਖ ਸਕਦੇ ਹੋਰ ਕਿਵੇਂ ਹੋ ਜੀ ਬੋਲਾਂ ਪੈ ਨਹੀਂ ਰਹੀਆਂ ਲੱਡੂ ਸੈਫਾ ਵਾਲ ਉਹ ਲੱਡੂ ਵੀਰੇ ਨਜ਼ਾਰੇ ਆ ਭਾਈ ਆ ਅੱਜ ਲੱਡੂ ਭਾਈ ਨੇ ਬਹੁਤ ਵਧੀਆ ਲੱਗਦਾ ਪਿਆ ਅੱਜ ਓਏ ਚਲੋ ਚਲੋ ਖੜੋ 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 ਲਾਈਨ ਅੱਪ ਹੋ ਜਾਓ ਸੱਜਣ ਟੱਪਣੀ ਵਾਲਾ ਹੋਰ ਕੈਪਟਨ ਸਾਹਿਬ ਸਪੌਂਸਰ ਸਾਹਿਬ ਸਪੌਂਸਰ ਹੁਣ ਕੈਪਟਨ ਹੈ ਵੀਰੇ ਸਿਲੈਕਟਰ ਬੋਂਗੋ ਬਣਾਣਾ ਪੈਣਾ ਸਨੀ ਸੁਧਿਆਣਾ ਜੀ ਥੋੜਾ ਜਿਹਾ ਢਿੱਲਾ ਚੱਲਦੇ ਹੋਏ ਸਨੀ ਵੀਰੇ ਕਿਵੇਂ ਹੋ ਵਧੀਆ 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 ਘਰ ਹੋ ਗਿਆ ਰੈਡੀ ਓਕੇ ਰਿਪੋਰਟ ਓਕੇ ਆ ਪੂਰੀ ਗੇਲ ਵਾਲੀ ਪੋਜੀਸ਼ਨ ਲੈਂਦੇ ਕੀ ਕਮਾਂ ਗੇਲ ਵਾਲੀ ਪੋਜੀਸ਼ਨ ਲੈਂਦੇ ਸਲਿੱਪ ਗੇਲ ਵਾਲੀ ਕੌਣ ਸੱਜਣ ਭਾਜੀ ਸਲਿੱਪ ਲੈਂਦੇ ਨੇ ਸਲਿੱਪ ਲੈਣੇ ਬੁੜੇ ਹੋ ਗਏ ਵੀਰੇ 42 ਸਾਲ ਦੇ ਸਲਿੱਪ ਲੈਣੀ ਪੈਣੀ ਲਓ ਜੀ ਇਧਰਲੇ ਪਾਸੇ ਦੇਖ ਸਕਦੇ ਮੱਥਾ ਵੱਜ ਕੀ ਹਾਲ ਹੈ
ਮੱਤੇ ਭਾਈ ਮੁਬਾਰਕਾਂ ਲੱਖ ਰੁਪਿਆ ਸਨਮਾਨ ਚ ਮਿਲ ਰਿਹਾ ਤੁਹਾਨੂੰ ਸੁੱਖਾ ਮਾਲ ਰਾਜਾ ਪੰਜੋਰਾ USA ਵੱਲੋਂ ਹੋ ਠੀਕ ਠਾਕ ਲਓ ਜੀ ਸਾਡੇ ਮੁੱਖ ਮਹਿਮਾਨ ਟੀਮਾਂ ਦੇ ਖਿਡਾਰੀਆਂ ਦੇ ਨਾਲ ਜਾਣ ਪਹਿਚਾਣ ਕਰਦੇ ਹੋਏ ਬਹੁਤ ਵੱਡੀ ਕੇਰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਸੋਨੀ ਦੇ ਨਾਲ ਰਾਜਾ ਹੀਰਾ ਆਪਣੇ ਲਓ ਜੀ ਇੱਧਰ ਗੁਰਮੁਖ ਮਹਿਮਦ ਵਾਲੀਏ ਦਾ ਸਨਮਾਨ ਤੇ ਹਰਕਮਲ ਧਾਮੀ ਸਾਡਾ ਭਰਾ ਅਮਨ ਧਾਮੀ ਨਿਊਜ਼ੀਲੈਂਡ ਵੱਲੋਂ ਹਰਕਮਲ ਧਾਮੀ ਦਾ $100 ਨਿਊਜ਼ੀਲੈਂਡ ਦੇ ਨਾਲ ਸਨਮਾਨ ਕੀਤਾ ਜਾ ਰਿਹਾ ਅੱਜ ਦੇ ਟੂਰਨਾਮੈਂਟ ਦੇ ਉੱਪਰ ਸੋ ਵੱਡੀ ਮੁਬਾਰਕਬਾਦ ਆ ਬਾਈ ਸਾਡੇ ਹਰਕਮਲ ਬਾਈ ਨੂੰ ਅਮਨ ਧਾਮੀ ਨਿਊਜ਼ੀਲੈਂਡ ਵੱਲੋਂ ਜਿਹੜਾ $100 ਦੇ ਕੇ ਸਨਮਾਨ ਕੀਤਾ ਜਾ ਰਿਹਾ ਤੇ ਨਾਲ ਗੁਰਮੁਖ ਮਹਿਮਦਵਾਲ ਦਾ ਵਿਸ਼ੇਸ਼ ਤੌਰ ਦੇ ਉੱਪਰ ਮਾਨ ਸਨਮਾਨ ਜਿਹੜਾ ਅੱਜ ਦੇ ਖੇਡ ਮੇਲੇ ਦੇ ਉੱਪਰ ਕੀਤਾ ਜਾ ਰਿਹਾ ਸਾਰੇ ਵੀਰਾਂ ਦਾ ਧੰਨਵਾਦ ਕਮਾਮਾ ਵਾਲਾ ਸੁਖੀ ਅੱਜ ਦੇ ਖੇਡ ਮੇਲੇ ਦਾ ਮੋਟਰਸਾਈਕਲ ਦਾ ਜੇਤੂ ਬਣ ਗਿਆ ਵੱਡੀ ਮੁਬਾਰਕਬਾਦ ਹੈ ਬੈਸਟ ਬੱਲੇਬਾਜ਼ ਨਾ ਕਪੂਰਥਲਾ LED ਤੇ ਬੈਸਟ ਬੋਲਰ ਪਿਊਸ਼ ਸਾਡਾ ਵੀਰ ਪਠਾਨਕੋਟ ਵਾਲਾ ਬਹੁਤ ਤਗੜੀਆਂ ਬੋਲਾਂ ਪਾਈਆਂ ਤੇ ਬੈਸਟ ਬੋਲਰ ਅੱਜ ਦੇ ਟੂਰਨਾਮੈਂਟ ਦਾ ਰਿਹਾ ਸੋ ਸੁੱਕੀ ਕਮਾਮ ਨੂੰ ਵੱਡੀਆਂ ਮੁਬਾਰਕਾਂ ਨਵੇਂ ਮੋਟਰਸਾਈਕਲ ਦੀਆਂ ਮੁਬਾਰਕਾਂ ਬਹੁਤ ਚਲੋ ਜੀ ਲੱਡੂ ਬੈਠੂਗਾ ਹਾਂ ਚਲਾਊਗਾ ਕਿਹੜਾ ਦਊਗਾ ਲੱਡੂ ਚੱਲ ਲੱਡੂ ਮਾਰ ਸੈਲਫ ਸੁਲਫੇ ਦੀ ਚਲਾਉਣਾ ਨੀ ਆਉਂਦਾ ਬਾਈ ਆ ਇੱਥੇ ਰੱਖ ਪਰੇ ਹੋ ਜਾ ਵੀਰੇ ਕੱਟੇ ਆਉਂਦਾ ਇਹਨੂੰ ਹਾਂ ਲਓ ਜੀ ਅੱਜ ਦੇ ਟੂਰਨਾਮੈਂਟ ਦੀ ਸਮਾਪਤੀ ਹੈ ਤੇ ਅੱਜ ਦੇ ਟੂਰਨਾਮੈਂਟ ਤੇ ਪਹਿਲੇ ਨੰਬਰ ਤੇ ਆਉਣ ਵਾਲੀ ਟੀਮ USA ਟੱਪਰੀਆਂ ਕਲੱਬ ਤੇ ਦੂਜੇ ਨੰਬਰ ਤੇ ਆਉਣ ਵਾਲੀ ਟੀਮ ਆ ਮੇਰੇ ਵੀਰੋ ਸ਼੍ਰੀ ਸੋਰੀ ਬਾਬਾ ਬੰਦਗੀ ਨਾਲ ਸਪੋਰਟਸ ਕਲੱਬ ਫਤਿਹਪੁਰ ਦੀ ਟੀਮ ਦੇ ਖਿਡਾਰੀ ਦੂਜੇ ਨੰਬਰ ਤੇ ਆਏ ਆ ਇਧਰਲੇ ਪਾਸੇ ਦੇਖ ਸਕਦੇ ਧਾਮੀ ਸਾਹਿਬ ਵੱਡੀ ਮੁਬਾਰਕਬਾਦ ਹੈ ਟੂਰਨਾਮੈਂਟ ਸਫਲ ਹੋ ਗਿਆ ਜੀ ਸਾਰੇ ਭਰਾਵਾਂ ਦੇ ਸਹਿਯੋਗ ਨਾਲ ਵੱਡੀ ਮੁਬਾਰਕਬਾਦ ਆ ਵਧੀਆ ਟੂਰਨਾਮੈਂਟ ਕਰਾਤਾ ਤੁਸੀਂ ਆਏ ਜੀ ਵਧੀਆ ਨਜ਼ਾਰੇ ਮੋਈ ਕਮੀ ਪੇਸ਼ੀ ਨਾ ਨਾ ਭਾਜੀ ਬਾਬੇ ਨੇ ਮੇਹਰ ਰੱਖੀ ਜੀ ਬਾਬੇ ਨੇ ਲਾਜ ਰੱਖੀ ਆ ਐਂਡ ਹੋ ਗਿਆ ਅੱਗੇ ਚੱਲ ਰਹੇ ਆ ਪਲੇਅਰ ਵੀ ਬਹੁਤ ਤਕੜੇ ਆ ਸਾਰੇ ਭਾਜੀ ਆ ਗਏ ਜੀ ਬਿਲਕੁਲ ਬਿਲਕੁਲ ਹੋਰ ਭਾਜੀ ਸੋ ਇਧਰ ਬਾਈ ਜੀ ਅਮਨ ਧਾਮੀ ਨਿਊਜ਼ੀਲੈਂਡ ਤੋਂ ਭਾਜੀ ਖੁਸ਼ ਹੋ ਟੂਰਨਾਮੈਂਟ ਸਫਲ ਆ ਤੁਹਾਡਾ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਬਹੁਤ ਬਹੁਤ ਮੁਬਾਰਕਾਂ ਭਾਜੀ ਉਹਨਾਂ ਨੂੰ ਟੂਰਨਾਮੈਂਟ ਜਿਹੜਾ ਸਫਲਤਾ ਦੇ ਰਾਹ ਦੇ ਵੱਲ ਆ ਸੋ ਬਾਈ ਉਹਨਾਂ ਨੇ ਬਹੁਤ ਮਾਣ ਤਾਣ ਕੀਤਾ ਹੈ ਅਮਨ ਧਾਮੀ ਨੇ ਸਾਰੇ ਭਰਾਵਾਂ ਨੇ ਵੱਡੇ ਮਾਣ ਸਨਮਾਨ ਕੀਤੇ ਹਰ ਇੱਕ ਪਲੇਅਰ ਦੇ ਔਰ ਜਿੰਨੇ ਵੀ ਭਰਾ ਆਏ ਆ ਟੂਰਨਾਮੈਂਟ ਤੇ ਸਾਰੇ ਵੀਰੇ ਮੁਬਾਰਕਾਂ ਤੁਹਾਨੂੰ ਸੋ ਵਧੀਆ ਕੱਪ ਸਾਡੇ ਭਰਾਵਾਂ ਨੇ ਕਰਾਇਆ ਐਨੀ ਅੰਬਰ ਸਰ ਵੀਰੇ ਮੁਬਾਰਕਾਂ ਤੁਹਾਡੀ ਟੀਮ ਦਾ ਸਪਾਂਸਰ ਕੌਣ ਹੈ ਸ਼ਾਨੂ ਭਾਜੀ ਸ਼ਾਨੂ ਭਾਜੀ ਉਹਦਾ ਸ਼ਾਨੂ ਭਾਜੀ ਵੱਡਾ ਮਾਣ ਵੀ ਕਰਦੇ ਆ ਸ਼ਾਨੂ ਬਾਈ ਨੂੰ ਵੱਡੀ ਮੁਬਾਰਕਬਾਦ ਆ ਤੁਹਾਨੂੰ ਵੀ ਵੱਡੀ ਮੁਬਾਰਕਬਾਦ ਦੂਜੇ ਨੰਬਰ ਤੇ ਆਏ ਹੋ ਸੋ ਬਹੁਤ ਵਧੀਆ ਖੇਡੀ ਹੋਰ ਬਾਈ ਦੀ ਕੈਂਪ ਕਿਵੇਂ ਲੱਗਿਆ ਟੂਰਨਾਮੈਂਟ ਬਹੁਤ ਵਧੀਆ ਜੀ ਬਹੁਤ ਵਧੀਆ ਨਜ਼ਾਰੇ ਨਜ਼ਾਰੇ ਪੂਰੇ ਜੀ ਫੁੱਲ ਪੂਰਾ ਸਮਾਂ ਅੱਜ ਦੇ ਖੇਡ ਮੇਲੇ ਦਾ ਸੋ ਸਮਾਪਤੀ ਹੋ ਚੁੱਕੀ ਹੈ ਤੇ ਮੋਟਰਸਾਈਕਲ ਦੇ ਰਿਜ਼ਲਟ ਤੁਹਾਨੂੰ ਜ਼ਰੂਰ ਦੱਸਾਂਗੇ ਵੀ ਮੋਟਰਸਾਈਕਲ ਅੱਜ ਦੇ ਖੇਡ ਮੇਲੇ ਦਾ ਵੀ ਬੈਸਟ ਕੌਣ ਰਿਹਾ ਸੋ ਇੱਧਰ ਸਾਡਾ ਵੀਰ ਮਲਤਾਨੀ ਬਾਈ ਕਮੈਂਟਰ ਬਹੁਤ ਵਧੀਆ ਕਮੈਂਟਰੀ ਕਰੀ ਆ ਬਾਈ ਨੇ ਤੇ ਪ੍ਰਗਟ ਮਾਨਗੜ ਤੇ ਸਾਡਾ ਵੀਰ ਮਲਤਾਨੀ ਬਾਈ ਇਹਦੇ ਤੇ ਅਰਮਾਨ ਡੱਫਰ ਸਾਰੇ ਵੀਰਾਂ ਦਾ ਧੰਨਵਾਦ ਸੋਨੀ ਪਾਉਣੀ ਇਹ ਵੀ ਭਰਾ ਅੱਜ ਦੇ ਟੂਰਨਾਮੈਂਟ ਤੇ ਹਾਜ਼ਰ ਹੋਈ ਰਾਜਾ ਹੀਰਾ YouTube ਤੇ ਕਦੇ ਚੈਨਲ ਆ ਮੇਰੀ ਵੀਰੋ ਰਾਜਾ ਭਾਜੀ ਕਿਹੜਾ ਜ਼ਿਲ੍ਹਾ ਵੀਰ ਲੁਧਿਆਣੇ ਤੋਂ ਵੀਰ ਮੇਰਾ ਆਇਆ ਆ ਮਾਲਵੇ ਇਲਾਕੇ ਚੋਂ ਮਾਣ ਆ ਸਾਨੂੰ ਦੁਆਬਿਆਂ ਨੂੰ ਜਦੋਂ ਮਲਵਈ ਆਉਂਦੇ ਉੱਥੋਂ ਵੀਰੇ ਬਹੁਤ ਸੋਹਣੇ ਬੋਲ ਬੋਲਦਾ ਮੈਂ ਤੇਰੀ ਚੜ੍ਹਦੀ ਕਲਾ ਲਈ ਅਰਦਾਸ ਕਰਦਾ ਮੇਰਾ ਧੰਨਵਾਦ ਵੀਰੇ ਬਹੁਤ ਬਹੁਤ ਤੁਹਾਡੇ ਪਿਆਰ ਕਰਕੇ ਤੁਰੇ ਫਿਰਦੇ ਆ ਅਰਮਾਨ ਸਾਡੇ ਪਿੰਡ
ਪਿੰਡ ਡੱਫਰ ਦਾ ਬੜਾ ਵਧੀਆ ਕਮੈਂਟੇਟਰ ਆ ਮੈਂ ਅਰਦਾਸ ਕਰਦਾ ਕਿ ਬਹੁਤ ਜਲਦ ਸਿਹਤ ਜਾਬ ਹੋਵੇ ਡਿੰਪਲ ਲਈ ਤਾਂ ਕਿਆ ਬਾਤਾਂ ਸਾਡੇ ਲਈ ਹੀਰਾ ਆ ਹੀਰਾ ਭਾਜੀ ਹੁਣ ਸੋਨੀ ਭਾਜੀ ਤੁਹਾਡਾ ਵੀ ਚੜ੍ਹਦੀ ਕਲਾ ਲਈ ਅਰਦਾਸ ਕਰਦਾ ਸਾਰਿਆਂ ਦਾ ਧੰਨਵਾਦ ਬਹੁਤ ਧੰਨਵਾਦ ਤੁਹਾਡਾ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਸੱਚੀ ਗੱਲ ਅਖਬਾਰ ਬਿਲਕੁਲ ਧੰਨਵਾਦ ਸਾਰੇ ਆਇਆ ਸੱਚੀ ਗੱਲ ਅਖਬਾਰ ਬਿਲਕੁਲ ਪੱਤਰਕਾਰ ਧੰਨਵਾਦ ਸਾਰੇ ਵੀਰਾਂ ਦਾ ਜੋ ਕਿ ਸੋਨੀ ਭਾਜੀ ਓਕੇ ਆ ਚੂੜ ਕੱਢ ਕੇ ਸਾਡੇ ਸਾਹਮਣੇ ਜਿਹੜੇ ਲੈ ਕੇ ਆ ਰਹੇ ਆ ਸੱਚੀ ਗੱਲ ਅਖਬਾਰ ਤੋਂ ਹੋਰ ਬਾਈ ਜੀ ਕਹਿ ਹੋ ਕਿਵੇਂ ਲੱਗਿਆ ਜੀ ਟੂਰਨਾਮੈਂਟ ਬਹੁਤ ਵਧੀਆ ਲੱਗਿਆ ਭਾਜੀ ਵਧੀਆ ਨਜ਼ਾਰੇ ਬਹੁਤ ਵਧੀਆ ਭਾਈ ਖੁਸ਼ ਹੋ ਗਿਆ ਦਿਲ ਹਾਂਜੀ ਹਾਂਜੀ ਬਹੁਤ ਵਧੀਆ ਚਲੋ ਵਧੀਆ ਨਾਲੇ ਨਿਬੜ ਵੀ ਟਾਈਮ ਨਾਲ ਗਿਆ ਨਾ ਹਾਂਜੀ 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 ਹੋਰ ਫੇਰ ਕਿੱਦਾਂ ਹਾਂਜੀ ਠੀਕ ਆ ਕਿਹਦੇ ਕਿਹੜੀ ਕਲਾਸ ਚੋ ਗਿਆ ਫੋਰਥ ਅੱਜ ਗਿਆ ਸੀ ਸਕੂਲ ਅੱਜ ਛੁੱਟੀ ਸੀਗੀ ਛੁੱਟੀ ਸੀਗੀ ਜੀ ਕਰਦਾ ਤੇਰਾ ਜਾਣ ਨੂੰ ਸਕੂਲੇ ਹਾਂਜੀ ਛੁੱਟੀ ਕਰਨ ਨੂੰ ਜੀ ਜ਼ਿਆਦਾ ਨਹੀਂ ਕਰਦਾ ਨਹੀਂ ਕਰਦਾ ਕੁੱਟ ਕੀਤੋਂ ਪੈਂਦੀ ਆ ਘਰੇ ਇਧਰੋਂ ਪੈਂਦੀ ਆ ਤੁਹਾਡੇ ਵੱਲ ਦੇਖਦਾ ਮੰਮੀ ਤੋਂ ਕੇ ਪਾਪਾ ਤੋਂ ਇਹ ਡਰਦਾ ਵੀ ਜੇ ਮੰਮੀ ਤੋਂ ਕੇ ਪਾਪਾ ਤੋਂ ਕੁੱਟ ਪੈਂਦੀ ਜ਼ਿਆਦਾ ਕਿਤੋਂ ਪੈਂਦੀ ਦੱਸ ਦੇ ਕੋਈ ਨਹੀਂ ਕੁੱਟਦਾ ਪਿਆਰ ਕਰਦਾ ਤੇਰਾ ਮੰਮਾ ਤਾਂ ਪੈਂਦੀ ਆ ਭਾਜੀ ਕਹੋ ਮਾੜਾ ਹੈਗਾ ਕੁੱਟਿਆਂ ਦਾ ਲਓ ਇਧਰ ਸਾਰੇ ਵੀਰਾਂ ਦਾ ਧੰਨਵਾਦ ਹੈ ਬਾਏ ਕਰ ਦਿਓ ਜੀ ਸਾਰੇ ਬਹੁਤ ਬਹੁਤ ਧੰਨਵਾਦ ਇੱਦਾਂ ਹੀ ਰਾਜਾ ਈਰਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਸੋ ਇੱਧਰ ਸਾਡੇ ਭਰਾ ਧਾਮੀ ਸਾਹਿਬ ਸ਼ਗਨ ਲੈ ਕੇ ਖੜੇ ਆ ਤੇ ਉਹ ਨਾਂ ਵੀ ਲਿਖਿਆ ਸੋ ਕੋਈ ਗੱਲ ਨਹੀਂ ਵੀਰੇ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਹਾਡਾ ਬਹੁਤ ਬਹੁਤ ਤੁਸੀਂ ਆਏ ਰੌਣਕ ਨੂੰ ਵਧਾਇਆ ਅਗਲੇ ਸਾਲ ਹੁਣ ਮਿਲਾਂਗੇ ਹਨਾ ਜ਼ਰੂਰ ਜ਼ਰੂਰ ਮਿਲਾਂਗੇ ਜੀ ਓਕੇ ਭਾਜੀ ਓਕੇ ਧੰਨਵਾਦ